ਸਾਡੀ ਜਿਹੜੀ ਅੱਜ ਦੀ ਮੀਟਿੰਗ ਹੋਈ ਹੈ ਜੀ ਠੀਕ ਹੈ ਜੀ ਉਹ ਸਾਡੀ ਰੁਟੀਨਿੰਗ ਮੀਟਿੰਗ ਹੋਈ ਹੈ ਠੀਕ ਹੈ ਜੀ ਹਰ ਮਹੀਨੇ ਵਾਂਗ ਅਸੀਂ ਮੁਸਲਮ ਫਰੰਟ ਪੰਜਾਬ ਦੀ ਹਲਕਾ ਸਤਰਾਣਾ ਦੀ ਮੀਟਿੰਗ ਕਰਦੇ ਹਾਂ ਜੀ ਅੱਜ ਸਾਡੀ ਅੱਜ ਦੀ ਇਸ ਮੀਟਿੰਗ ਦੇ ਵਿੱਚ ਸਾਡੀ ਜਿਹੜੀ ਕਮੇਡੀ ਹੈ ਉਹ 41 ਮੈਂਬਰੀ ਅਸੀਂ ਕੀਤੀ ਹੈ ਜੀ ਪਹਿਲਾਂ ਸਾਡੀ ਜਿਹੜੀ ਕਮੇਡੀ ਸੀ ਉਹ 11 ਮੈਂਬਰੀ ਸੀ ਹੁਣਾਂ ਨੂੰ ਉਹਦੇ ਵਿੱਚ ਵਿਸਤਾਰ ਕਰਕੇ ਉਹਨੂੰ 41 ਮੈਂਬਰੀ ਕਮੇਡੀ ਬਣਾ ਦਿੱਤਾ ਗਿਆ ਜਿਹਦੇ ਵਿੱਚ ਮੈਂ ਗਿਆਨਖਾਂ ਮੁੱਖ ਬਲਾਰਾ ਹਲਕਾ ਸਤਰਾਣਾ ਮੁਸਲਮ ਫਰੰਟ ਆਫ ਪੰਜਾਬ ਦਾ ਤੇ ਸਾਡੇ ਪ੍ਰਧਾਨ ਹਲਕੇ ਸਤਰਾਣੇ ਦੇ ਹਾਜੀ ਨਜੀਰ ਕਲਵਾਣੂ ਤੋਂ ਸਾਡੇ ਵਿੱਚ ਮੌਜੂਦ ਨੇ ਜੀ ਤੇ ਉਹੀ ਰਹਿਣਗੇ ਅੱਗੇ ਸਾਡੀ ਜਿਹੜੀ 41 ਮੈਂਬਰੀ ਕਮੇਡੀ ਹੈ ਜੀ ਉਹ ਬਣ ਚੁੱਕੀ ਹੈ ਉਸ ਤੋਂ ਬਾਅਦ ਸਾਡਾ ਇੱਕ ਸ਼ਾਹੀ ਮਾਮਨੇ ਲੁਧਿਆਣੇ ਤੋਂ ਉਹ ਸਾਡੇ ਪੂਰੇ ਪੰਜਾਬ ਦੀ ਜਿਹੜੀ ਸਾਡੀ ਜਥੇਵੰਦੀਆਂ ਨੇ ਉਹਨਾਂ ਨੂੰ ਨਾਲ ਲੈ ਕੇ ਚੱਲੇ ਨੇ ਤੇ ਉਹਨਾਂ ਨੇ ਇੱਕ ਸੰਯੁਕਤ ਮੁ슬ਮ ਮੋਰਚਾ ਬਣਾਇਆ ਜੀ ਜਿਹਦਾ ਕੰਮ ਕੀ ਹੈ ਸਾਰੀਆਂ ਜਥੇਵੰਦੀਆਂ ਉਸ ਬੈਨਰ ਦੇ ਨੀਚੇ ਹੋ ਕੇ ਕੰਮ ਕਰਨਗੇ ਆ ਜਿਵੇਂ ਵੀ ਉਹ ਸਾਨੂੰ ਗਾਈਡ ਕਰਨਗੇ ਉਸੇ ਮੁਤਾਬਕ ਹੀ ਅਸੀਂ ਚੱਲਾਂਗੇ ਅ ਰਹੀ ਵਿਧਾਨ ਸਭਾ ਚੋਣਾਂ ਬਾਰੇ ਗੱਲ ਜੀ ਸਾਡਾ ਫਰੰਟ ਵੱਲੋਂ ਅਜੇ ਕੋਈ ਇਹ ਫੈਸਲਾ ਨਹੀਂ ਕਿ ਅਸੀਂ ਕਿਸ ਪਾਰਟੀ ਨਾਲ ਜਾਵਾਂਗੇ ਕਿਸ ਪਾਰਟੀ ਨੂੰ ਅਸੀਂ ਸਮਰਥਨ ਦੇਵਾਂਗੇ ਬਿਲਕੁਲ ਵੀ ਸਾਡਾ ਕੋਈ ਫੈਸਲਾ ਨਹੀਂ ਜਿਵੇਂ ਵੀ ਸਾਨੂੰ ਮੁਸਲਮ ਫਰੰਟ ਪੰਜਾਬ ਦੇ ਪ੍ਰਧਾਨ ਐਚ ਆਰ ਮੁਫਰ ਮਾਨਸਾ ਤੋਂ ਤੇ ਸਾਡੇ ਸਾਹੀ ਇਮਾਮ ਲੁਧਿਆਣੇ ਤੋਂ ਜਿਵੇਂ ਵੀ ਸਾਨੂੰ ਡਾਇਰੈਕਸ਼ਨ ਕਰਨਗੇ ਜੀ ਉਸ ਮੁਤਾਬਕ ਹੀ ਅਸੀਂ ਅੱਗੇ ਕਦਮ ਚੱਕਾਂਗੇ ਜੀ ਹਲਕਾ ਸਤਰਾਣਾ ਦੇ ਵਿੱਚ ਪਹਿਲਾਂ ਵੀ ਜਿਹੜੀਆਂ ਮੁਸਲਮ ਭਾਈਚਾਰੇ ਵੱਲੋਂ ਕਮੇਟੀਆਂ ਬਣਾਈਆਂ ਗਈਆਂ ਉਹਨਾਂ ਬਾਰੇ ਕੀ ਗੱਲ ਪਹਿਲਾਂ ਕਿਹੜੀ ਹੈ ਪਤਾ ਤਾਂ ਲੱਗਿਆ ਪਿੰਡ ਦਾ ਸਾਡਾ ਮੁਸਲਮਾਨ ਭਰਾ ਆਪਦੀ ਕਮੇਟੀ ਬਣਾ ਕੇ ਚਲਾ ਰਿਹਾ ਹੈ ਉਹਦੇ ਬਾਰੇ ਸਾਨੂੰ ਨਹੀਂ ਜਾਣਕਾਰੀ ਹੈ ਕੋਈ ਪਰ ਜਿਹੜੀ ਸਾਡੇ ਹਲਕੇ ਸਤਰਾਣਾ ਦੇ ਵਿੱਚ ਮੇਨ ਕਮੇਟੀ ਕੰਮ ਕਰ ਰਹੀ ਹੈ ਉਹ ਮੁਸਲਮ ਮੁਸਲਮ ਫਰੰਟ ਆਫ ਪੰਜਾਬ ਕੰਮ ਕਰ ਰਿਹਾ ਜੀ ਤੇ ਅੱਜ ਜਿਹੜੇ ਅਸੀਂ ਸਾਥੀ ਇਕੱਠੇ ਹੋਏ ਆਂ ਉਹ ਟੋਟਲੀ ਹਲਕੇ ਸਤਰਾਣੇ ਦੇ ਹਰ ਇੱਕ ਪਿੰਡ ਦੇ ਵਿੱਚੋਂ 2-2 4-4 ਸਾਥੀ ਅਸੀਂ ਇਕੱਠੇ ਹੋਏ ਆਂ ਜੀ ਤੇ ਸਾਡੇ ਸਾਥੀਆਂ ਨੇ ਸਾਰਿਆਂ ਨੇ ਬੈਠ ਕੇ ਅਸੀਂ ਜਿਵੇਂ ਵੀ ਸਾਨੂੰ ਪਰਹਾਈ ਕਮਾਨ ਵੱਲੋਂ ਫੈਸਲਾ ਮਤਲਬ ਡਾਇਰੈਕਸ਼ਨ ਆਈ ਹੈ ਜੀ ਉਸ ਮੁਤਾਬਕ ਹੀ ਅਸੀਂ ਅੱਜ ਆਪਣਾ ਫੈਸਲਾ ਲਿਆ ਜੀ ਇੱਕ ਅਸੀਂ ਤੋਂ ਪੁੱਛਣਾ ਚਾਹੁੰਦੇ ਆਂ ਜੀ ਵੀ ਫੈਸਲਾ ਲਿਆ ਸੀ ਤੁਸੀਂ ਇਸ ਫੈਸਲੇ ਪ੍ਰਤੀ ਤੁਸੀਂ ਕੀ ਕੀ ਸਮੱਸਿਆਵਾਂ ਆਪਣੀ ਫਰੰਟ ਕਮੇਟੀ ਅੱਗੇ ਰੱਖੀਆਂ ਨੇ ਜੀ ਇਹ ਵੀ ਸਾਨੂੰ ਇਸ ਬਾਰੇ ਚਾਣਨਾ ਪਊ ਕਿਉਂਕਿ ਅੱਜ ਅਗਰ ਦੇਖੀਏ ਤਾਂ ਸਾਰੀਆਂ ਪਾਰਟੀਆਂ ਮੰਨ ਲਓ ਆਪਣੇ ਆਪਣੇ ਚੋਣ ਪਚਾਰ ਦੇ ਵਿੱਚ ਲੱਗੀਆਂ ਹੋਈਆਂ ਨੇ بڑے بڑے ਵਾਅਦੇ ਹੋ ਰਹੇ ਨੇ ਕੋਈ ਕਿਸਾਨਾਂ ਵਾਸਤੇ ਕਰ ਰਹਾ ਕੋਈ ਔਰਤਾਂ ਵਾਸਤੇ ਕਰ ਰਹਾ ਕੋਈ ਕਰਜ਼ੇ ਵਾਸਤੇ ਕਰ ਰਹਾ ਪਰ ਲੇਕਿਨ ਕਿਸੇ ਵੀ ਪਾਰਟੀ ਦੇ ਮੂੰਹ ਦੇ ਵਿੱਚੋਂ ਜੀ ਅੱਜ ਤੱਕ ਇਹ ਨਹੀਂ ਨਿਕਲਿਆ ਕਿ ਅਸੀਂ ਮੁਸਲਮਾਨ ਭਾਈਚਾਰੇ ਵਾਸਤੇ ਆਹ ਕਰਾਂਗੇ ਜੀ ਮਸਜਿਦਾਂ ਵਾਸਤੇ ਆਹ ਕਰਾਂਗੇ ਕਬਰਸਤਾਨਾਂ ਵਾਸਤੇ ਆਹ ਕਰਾਂਗੇ ਜਿਸ ਵੀ ਪਾਰਟੀ ਵੱਲੋਂ ਅਸੀਂ ਆਵਾਜ਼ ਸੁਣ ਰਹੇ ਹਾਂ ਜੀ ਹਰ ਇੱਕ ਪਾਰਟੀ ਹਰ ਇੱਕ ਤਬਕੇ ਨੂੰ ਸਹੂਲਤਾਂ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਜੀ ਵੱਡੇ ਵੱਡੇ ਵਾਅਦੇ ਕਰ ਰਹੀ ਹੈ ਅਸੀਂ ਚਾਹੁੰਦੇ ਹਾਂ ਕਿ ਹਰ ਇੱਕ ਤਬਕੇ ਦਾ ਪਾਰਟੀ ਖਿਆਲ ਰੱਖੇ ਜਿਹੜੀ ਵੀ ਪਾਰਟੀ ਆਪਣਾ ਚੋਣ ਮੈਨੀਫੈਸਟੋ ਬਣਾਵੇ ਉਹ ਹਰ ਇੱਕ ਤਬਕੇ ਦੇ ਨਾਲ-ਨਾਲ ਸਾਡੇ ਮੁਸਲਮਾਨ ਭਾਈਚਾਰੇ ਦਾ ਵੀ ਖਿਆਲ ਰੱਖੇ ਸਾਡੀ ਮਸਜਿਦਾਂ ਦਾ ਵੀ ਖਿਆਲ ਰੱਖੇ ਸਾਡੇ ਕਬਰਸਤਾਨਾਂ ਦਾ ਵੀ ਖਿਆਲ ਰੱਖੇ ਹੋਰ ਜਿਹੜੀਆਂ ਸਮੱਸਿਆਵਾਂ ਸਾਡੇ ਮੁਸਲਮਾਨ ਭਾਈਆਂ ਨੂੰ ਆ ਜਾਰੀਆਂ ਨੇ ਸਾਰੀਆਂ ਸਮੱਸਿਆ ਦਾ ਧਿਆਨ ਰੱਖ ਕੇ ਹੋਏ ਫੇਰ ਚੋਣ ਫੇਰ ਆਪਣਾ ਚੋਣ ਮੈਨੀਫੈਸਟੋ ਬਣਾਉਣ ਜੀ ਜਿੱਥੇ ਤੱਕ ਬ ਚੋਣ ਫੈਸਟੂ ਦੀ ਗੱਲ ਕਰ ਚੋਣ ਪ੍ਰਚਾਰ ਦੀ ਗੱਲ ਕਰਦੇ ਆ ਜੀ ਉਸ ਦੇ ਨਾਲ ਇੱਕ ਗੱਲ ਹੋਰ तकरीबन तकरीबन ਸਾਹਮਣੇ ਆਉਂਦੀ ਹੈ ਜਿੱਥੇ ਕਿਸਾਨ ਆਪਣੀ ਐਮਐਸਪੀ ਦੀ ਮੰਗ ਰੱਖਦੇ ਨੇ ਫਿਰ ਆਮ ਲੋਕ ਆਪਣੇ ਐਮਆਰਪੀ ਦੀ ਮੰਗ ਕਿਉਂ ਨਹੀਂ ਰੱਖ ਰਹੇ ਜਦੋਂ ਕਿ ਆਪਾਂ ਨੂੰ ਬਦਾਏ ਵੀ ਇੱਕ ਦਵਾਈ ਦਾ ਮੁੱਲ 20 ਰੁਪਏ ਹੁੰਦਾ ਹੈ ਜਦਕਿ ਆਮ ਕੰਪਨੀਆਂ ਵਾਲੇ 200 200 ਰੁਪਏ 300 ਰੁਪਏ ਵੇਚਦੇ ਆ ਉਹਦੇ ਬਾਰੇ ਤੁਸੀਂ ਕਿਉਂ ਨਹੀਂ ਬੋਲਦੇ ਜੀ ਸਾਰੇ ਦੇਖੋ ਜੀ ਸਮੇਂ ਸਮੇਂ ਦੇ ਉੱਪਰ ਬਹੁਤ ਸਾਰੀਆਂ ਜਥੇਬੰਦੀਆਂ ਆਵਾਜ਼ ਵੀ ਚੱਕਦੀਆਂ ਨੇ ਐਸੀ વાત ਨਹੀਂ ਕਿ ਆਵਾਜ਼ ਨਹੀਂ ਚੱਕਦੀਆਂ ਪਰ ਜਿਹੜੀਆਂ ਮੌਕੇ ਦੀਆਂ ਸਰਕਾਰਾਂ ਨੇ ਉਹ ਮੌਕੇ ਦੇ ਸਰਕਾਰਾਂ ਨੇ ਉਹਨਾਂ ਦੀ ਆਵਾਜ਼ ਨੂੰ ਦਬਾਈ ਜਾਂਦੀ ਹੈ ਕਿਸੇ ਵੀ ਬਹਾਨੇ ਨਾਲ ਉਹਨਾਂ ਦੀ ਆਵਾਜ਼ ਨੂੰ ਦਬਾਈ ਜਾਂਦੀ ਹੈ ਹੁਣ ਜਿਵੇਂ ਕਿਸਾਨਾਂ ਨੇ ਮੰਨ ਲਓ ਆਪਣਾ ਮੋਰਚਾ ਲਾਇਆ ਇੱਕ ਹੋਏ ਅਸੀਂ ਇੱਕ ਹੋਣ ਦੇ ਬਾਅਦ ਸਾਡੀ ਜਿੱਤ ਹੋਈ ਉਸੇ ਦੇ ਤਹਿਤ ਹੀ ਅੱਜ ਸਾਡਾ ਮੁਸਲਮਾਨ ਭਾਈਚਾਰਾ ਪੰਜਾਬ ਦੇ ਵਿੱਚ ਸਾਰੇ ਜਥੇਬੰਦੀਆਂ ਜਿੰਨੀਆਂ ਵੀ ਸਾਡੇ ਮੁਸਲਮਾਨ ਭਾਈਚਾਰੇ ਜਥੇਬੰਦੀਆਂ ਬਣੀਆਂ ਹੋਈਆਂ ਨੇ ਸਾਰੀਆਂ ਜਥੇਬੰਦੀਆਂ ਅਸੀਂ ਇਕੱਠੀ ਹੋ ਕੇ ਸੰਯੁਕਤ ਮੁਸਲਮਾਨ ਮੋਰਚਾ ਬਣਾਇਆ ਤਾਂ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਅਸੀਂ ਪੈਲ ਦੇ ਆਧਾਰ ਤੇ ਉੱਪਰ ਹਾਈ ਕਮਾਂਡ ਦੇ ਉੱਪਰ ਜਾਂ ਕੋਈ ਸਰਕਾਰ ਜਿਹੜੀ ਵੀ ਆਪਣੇ ਸੂਬੇ ਦੇ ਵਿੱਚ ਬਣੂਗੀ ਉਸ ਤੱਕ ਆਪਣੀਆਂ ਮੰਗਾਂ ਨੂੰ ਅਸੀਂ ਰੱਖੀਏ ਚੋਣਾਂ ਤੋਂ ਪਹਿਲਾਂ ਵੀ ਤੇ ਚੋਣਾਂ ਤੋਂ ਬਾਅਦ ਚ ਵੀ ਇੱਕ ਗੱਲ ਹੋਰ ਹੈ ਜੀ ਮੰਗਤ ਆਪਾਂ ਜਿਹੜੀਆਂ ਆਪਣੀਆਂ ਨਾਰਮਲ ਨੇ ਉਹ ਆਪਾਂ ਖੁਦ ਵੀ ਪੂਰੀਆਂ ਕਰ ਸਕਦੇ ਆਂ ਬਟਾਪਾ ਆਪਣੇ ਬੱਚੇ ਦੇ ਭਵਿੱਖ ਲਈ ਰੁਜ਼ਗਾਰ ਦੀ ਕਿਸ ਰੁਜ਼ਗਾਰ ਦੀ ਮੰਗ ਕਰਦੇ ਹੋ ਕਿਸ ਰੁਜ਼ਗਾਰ ਨਾਲ ਆਪਣੇ ਬੱਚਾ ਦਾ ਭਵਿੱਖ ਨਿਖਾਰਿਆ ਜਾ ਸਕਦਾ ਹੈ ਉਹਦੇ ਬਾਰੇ ਸਾਨੂੰ ਚੰਨਣਾ ਦਿਓ ਦੇਖੋ ਜੀ ਕੁਝ ਮੰਗਾ ਐਸੀਆਂ ਹੁੰਦੀਆਂ ਨੇ ਜਿਹੜੀਆਂ ਸਿਵਾਏ ਸਰਕਾਰ ਤੋਂ ਜਾਂ ਸਰਕਾਰ ਦੇ ਰੂਲਾਂ ਮੁਤਾਬਕ ਪੂਰੀਆਂ ਸਰਕਾਰ ਦੇ ਰੂਲਾਂ ਮੁਤਾਬਕ ਹੀ ਪੂਰੀਆਂ ਹੋਣਗੀਆਂ ਅੱਜ ਮੰਨ ਲਓ ਇੱਕ ਮੁਸਲਮਾਨ ਭਾਈ ਕੰਮ ਕਰ ਰਿਹਾ ਆਪਣੇ ਖੇਤਾਂ ਦੇ ਵਿੱਚ ਜਾਂ ਕੋਈ ਨੌਕਰੀ ਕਰ ਰਿਹਾ ਕਿਸੇ ਦੁਕਾਨ ਤੇ ਕਿਸੇ ਫੈਕਟਰੀ ਦੇ ਵਿੱਚ ਉਹ ਆਪਣੇ ਉਸ ਮੁਤਾਬਕ ਹੀ ਕੰਮ ਕਰੂਗਾ ਬਟ ਕੁਝ ਚੀਜ਼ਾਂ ਐਸੀਆਂ ਨੇ ਜਿਹੜੀਆਂ ਸਰਕਾਰ ਦੇ ਥਰੂ ਹੋਣੀਆਂ ਨੇ ਸਰਕਾਰ ਦੇ ਮਤਾਬਕ ਹੀ ਹੋਣੀਆਂ ਨੇ ਪਰ ਉਸ ਮੰਗਾਂ ਨੂੰ ਜਿਹੜੀਆਂ ਜਿਹੜੀਆਂ ਉਹ ਮੰਗਾਂ ਨੇ ਸਾਨੂੰ ਘੱਟ ਕਿੰਨੀਆਂ ਮੰਗਾਂ ਨੇ ਜੀ ਸਾਨੂੰ ਮੰਗਾਂ ਦੱਸੋ ਨਾ ਕਿਉਂਕਿ ਨਹੀਂ ਹੁੰਦਾ ਤੁਸੀਂ ਸਾਨੂੰ ਮੰਗਾਂ ਦੱਸੋ ਜੀ ਅਸੀਂ ਸਰਕਾਰ ਤੱਕ ਤੁਹਾਡੀਆਂ ਮੰਗਾਂ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਦੇਖੋ ਜੀ ਮੈਂ ਨਜੀਰ ਖਾਨ ਠੀਕ ਹੈ ਸਰ ਹਾਜੀ ਨਜੀਰ ਖਾਨ ਬੋਲਦਾ ਪਿੰਡ ਕਲਬਾਨੂ ਹੈ ਜਿਹੜਾ ਇਹ ਸਾਨੇ ਪਹਿਲਾਂ 11 ਮੈਂਬਰੀ ਕਮੇਟੀ ਬਣਾਈ ਸੀ 11 ਤੋਂ ਮੁਸਲਮ ਫਰੰਟ ਪੰਜਾਬ ਕਮੇਟੀ ਹੈ ਜੀ ਸਾਡੀ ਅਸੀਂ ਜਿਹੜੇ ਸਾਡੇ ਛਿਆਹੀ ਮਾਮ ਹੈ ਉਹਨੇ ਸੱਦੇ ਸਾਰੇ ਭਾਈ ਪੂਰੇ ਪੰਜਾਬ ਵਿੱਚ ਚੋ ਸੱਦ ਕੇ ਬੁਲਾਏ ਬੁਲਾ ਕੇ ਉਹਨਾਂ ਨੇ ਇਹ ਗੱਲ ਰੱਖੀ ਹੈ ਵੀ ਆਪਣਾ ਪੂਰਾ ਪੰਜਾਬ ਇਕੱਠਾ ਹੋ ਇਹ ਅੱਜ ਸਨ 47 ਤੋਂ ਬਾਅਦ ਸਾਨੂੰ ਲੁੱਟ ਰਿਆ ਖਾਰੇ ਹੈ ਦੇਖ ਜਿਹੜੇ ਸਾਡੇ ਬੱਚੇ ਹੈ ਅਨਪੜ੍ਹ ਰਹੇਗੇ ਸਨ 47 ਤੋਂ ਬਾਅਦ ਅਸੀਂ ਵੀ ਅਨਪੜਾਂ ਚ ਹਾਂ ਅਨਪੜ੍ਹ ਰਹੇਗੇ ਅਸੀਂ ਇੱਕ ਤਾਂ ਸਾਡੇ ਸਕੂਲ ਮੰਗਦੇ ਹਾਂ ਸਾਡੇ ਜਿਹੜੀ ਸਾਡੀ ਅਸਲੀ ਮੰਗ ਆ ਅਸੀਂ ਸਕੂਲ ਮੰਗਦੇ ਆ ਵੀ ਜਿਹੜੀ ਉਰਦੂ ਅਰਬੀ ਆ ਜਿਹੜਾ ਸਾਡਾ ਕੁਰਾਨ ਹੈ ਉਹ ਵੀ ਉਰਦੂ ਅਰਬੀ ਚ ਹੈ ਜੇ ਅਸੀਂ ਉਰਦੂ ਅਰਬੀ ਨਹੀਂ ਜਾਣਦੇ ਅਸੀਂ ਅਨਪੜਾ ਜਿਹਨੂੰ ਜਿਹਨੂੰ ਆਪਣੇ ਧਰਮ ਬਾਰੇ ਹੀ ਨਹੀਂ ਪਤਾ ਉਹ ਵਿਚਾਰਾ ਅੱਗੇ ਕੀ ਦੱਸੂਗਾ ਹੁਣ ਜਿਹੜਾ ਧਰਮ ਹੈ ਵਿਚਾਰਾ ਉਹ ਉਹ ਅਸੀਂ ਸਾਰਾ ਗੁੱਸਾ ਇਸੇ ਉਰਦੂ ਅਰਬੀ ਪੜਾਂਗੇ ਤਾਂ ਆਪਣੇ ਕੁਰਾਨ ਬਾਰੇ ਜਾਣਾਂਗੇ ਬੱਚਿਆਂ ਨੂੰ ਸਿਖਿਆਵਾਂਗੇ ਤਾਂ ਹੋਰਦੂ ਅਰਬੀ ਪੜ੍ਹਨਗੇ ਤਾਂ ਅੱਗੇ ਵਧਣਗੇ ਉਹ ਦੇਖੋ ਅਨਪੜਤਾ ਰਹਿਣ ਕਰਕੇ ਇਹ ਐਸੀ ਸਾਡੇ ਪਿੱਛੇ ਆ ਉਹਨਾਂ ਨੇ ਇਕੱਠੇ ਕਰਨ ਕਰਕੇ ਹੁਣ ਸਾਡੀਆਂ ਇਹ ਕਮੇਟੀਆਂ ਬਣਾਈਆਂ ਹੁਣ ਨਾ ਤਾਂ ਐਸੀ ਫੈਸਲਾ ਲੈਂਦੇ ਵੀ ਅਸੀਂ ਵੋਟ ਕਿਸ ਨੂੰ ਪਾਵਾਂਗੇ ਸਾਡੇ ਵਾਸਤੇ ਕਾਲੀ ਪਾਰਟੀ ਵੀ ਵਧੀਆ ਸਾਡੇ ਵਾਸਤੇ ਕਾਂਗਰਸ ਵੀ ਵਧੀਆ ਸਾਡੇ ਪਾਸ ਤੇ ਆਮ ਪਾਰਟੀ ਵੀ ਵਧੀਆ ਜਿਹੜਾ ਸਾਡੀਆਂ ਮੰਗਾਂ ਨੂੰ ਪੂਰੀਆਂ ਕਰੂਗਾ ਨਾ ਅਸੀਂ ਵੋਟ ਉਸ ਨੂੰ ਦੇਵਾਂਗੇ ਸਾਰੇ ਇਕੱਠੇ ਹੋ ਕੇ ਦੇਵਾਂਗੇ ਪੂਰਾ ਪੰਜਾਬ ਦੇਊਗਾ ਇਹ ਸਾਨੇ ਫੈਸਲਾ ਕਰ ਇਹ ਛਾਹੀ ਮਾਮ ਹੈ ਜਿਹੜੇ ਸਾਡੇ ਉਹਨਾਂ ਦਾ ਫੈਸਲਾ ਹੈ ਔਰ ਸਾਡੇ ਮੁਸਲਮਾਨ ਪੰਜਾਬ ਫਰੰਟ ਪੰਜਾਬ ਮੋਫਰੀਆ ਸਾਹਿਬ ਇਹ ਇਹ ਇਹਨਾਂ ਦੇ ਮੁਤਾਬਕ ਅਸੀਂ ਚੱਲਾਂਗੇ ਠੀਕ ਹੈ ਜੀ ਹਾਂਜੀ ਇਹ ਕਮੇਟੀ ਆਪਣੇ ਹਲਕੇ ਦੇ ਸੁਧਾਰ ਵਾਸਤੇ ਆਪਣੇ ਹਲਕੇ ਦੇ ਵਿੱਚ ਤਰੱਕੀ ਆਵੇ ਉਸ ਵਾਸਤੇ ਤੁਸੀਂ ਕਿਸ ਚੀਜ਼ ਨੂੰ ਮੇਨ ਨਜ਼ਰੀਏ ਨਾਲ ਦੇਖਦੇ ਹੋ ਵੀ ਜਿਵੇਂ ਦੂਜੇ ਲੁਧਿਆਣਾ ਵਿੱਚ ਪਟਿਆਲਾ ਵਿੱਚੋਂ ਜ਼ਿਲ੍ਹੇ ਵੀ ਬਣ ਚੁੱਕੇ ਨੇ ਬਹੁਤ ਸਾਰੀ ਤਰੱਕੀ ਵੀ ਕਰ ਚੁੱਕੇ ਨੇ ਪਰ ਪਾਤਣਾ ਹੁਣ ਤੱਕ ਬਹੁਤ ਪਿੱਛੇ ਐ ਹਲਕਾ ਛਤਰਾਣਾ ਬਹੁਤ ਪਿੱਛੇ ਐ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ ਤੁਹਾਡਾ ਕੀ ਵਿਚਾਰ ਹੈ ਵੀ ਇਹ ਕਿਵੇਂ ਅੱਗੇ ਆ ਸਕਦਾ ਹੈ ਅੱਜ ਤੱਕ ਦੇਖੋ ਜੀ ਸਾਨੂੰ ਕਿਸੇ ਨੇ ਕੁਝ ਦਿੱਤਾ ਹੀ ਨਹੀਂ ਚਾਹ ਪਾਰਟੀ ਕਾਂਗਰਸ ਆਈ ਗਈ ਚਾਹ ਕਾਲੀ ਪਾਰਟੀ ਆਏਗੇ ਕੋਈ ਵੀ ਪਾਰਟੀ ਆ ਗਈ ਕਿਸੇ ਨੂੰ ਸਾਡੀ ਇਹ ਲੈ ਕੇ ਵੋਟਾਂ ਨਾ ਵਟੌਰ ਕੇ ਵੋਟਾਂ ਬੈਠ ਜਾਂਦੇ ਆ ਸਾਨੂੰ ਨਹੀਂ ਇਹ ਮੁਰਕੇ ਪੁੱਛਦੇ ਵੀ ਤੁਸੀਂ ਕਿੱਧਰ ਰਹਿੰਦੇ ਹੋ ਅਸੀਂ ਇਹ ਹੀ ਮੰਗ ਰੱਖੀ ਐ ਬੇਸ ਪਹਿਲਾ ਨੰਬਰ ਤਾਂ ਸਾਡੇ ਬੱਚੇ ਪੜਨ ਜਿਸ ਤਰ੍ਹਾਂ ਆਮ ਸਕੂਲ ਬਣੇ ਹੋਏ ਐ ਇਸ ਤਰ੍ਹਾਂ ਸਾਡੇ ਸਕੂਲ ਬਣਨ ਇੱਕ ਅਦਾ ਕਮ ਸੇ ਕਮ ਇੱਕ ਤਾਂ ਬਣੇ ਪਸਰਾਣੇ ਹਲਕੇ ਚ ਜਿੱਥੇ ਅਸੀਂ ਬੱਚਿਆਂ ਨੂੰ ਪੜਾ ਸਕੀਏ ਸਾਡੇ ਬੱਚਿਆਂ ਨੂੰ ਨੌਕਰੀ ਮਿਲ ਜੇ ਸਾਡੇ ਬੱਚੇ ਅੱਗੇ ਜਾ ਕੇ ਵੱਧਣ ਵਾਲੇ ਵੀ ਤਾਂ ਇਹ ਮੜਨਗੇ ਨਾ ਜਦ ਬੱਚੇ ਪੜਨਗੇ ਵਿਚਾਰੇ ਉਹ ਜਦ ਬੱਚੇ ਪੜਦੇ ਨਹੀਂ ਅਸੀਂ ਉੱਥੇ ਦੇ ਅਨਪੜ੍ਹਦੇ ਅਨਪੜ੍ਹ ਰਹਿ ਗਏ ਸਨ 47 ਤੋਂ ਬਾਅਦ ਸਾਨੂੰ ਕਿਸੇ ਨੇ ਪੁੱਛੀ ਨਹੀਂ ਅਸੀਂ ਹੁਣ ਇਕੱਠੇ ਕਰਿਆ ਛਾਹੀ ਮਾਮ ਨੇ ਆਰ ਮੋਫਰੀਆ ਸਾਹਿਬ ਨੇ ਇਕੱਠੇ ਕਰਕੇ ਸਾਰਾ ਪੰਜਾਬ ਇਕੱਠਾ ਹੋਇਆ ਸੀ ਇੱਕ ਦਿਨ ਉੱਥੇ ਜਾ ਕੇ ਉਹਨਾਂ ਨੇ ਇਹੀ ਮੰਗਾ ਰੱਖੀਆਂ ਨੇ ਸਾਰੀਆਂ ਵੀ 80 ਵੋਟ ਉਸ ਨੂੰ ਦੇਵਾਂਗੇ ਜਿਹੜਾ ਸਾਡੀਆਂ ਮੰਗਾ ਪੂਰੀਆਂ ਕਰੂਗਾ ਸੈਂਟਰ ਤੱਕ ਇਹ ਗੱਲ ਨੂੰ ਪਹੁੰਚਾਵਾਂਗੇ ਹੁਣ ਸਾਡਾ ਕੋਈ ਫੈਸਲਾ ਨਹੀਂ ਵੀ ਅਸੀਂ ਤੈ ਕਰਕੇ ਤੁਹਾਨੂੰ ਦੱਸ ਦਈਏ ਵੀ ਅਸੀਂ ਫਲਾਣੀ ਪਾਰਟੀ ਨੂੰ ਵੋਟ ਪਾਵਾਂਗੇ ਨਾ ਅਸੀਂ ਪਾਉਂਦੇ ਸਮੇਂ ਸਮੇਂ ਦੇ ਉੱਪਰ ਬਹੁਤ ਸਾਰੀਆਂ ਸਰਕਾਰਾਂ ਆndੀਆਂ ਨੇ ਬਹੁਤ ਸਾਰੀਆਂ ਪਾਰਟੀਆਂ ਆਪਣੀ ਸਰਕਾਰ ਬਣਾ ਰਹੀਆਂ ਨੇ ਤੇ ਸਾਡੇ ਜਿਹੜਾ ਹਲਕਾ ਆਪਣਾ ਵਿਧਾਨ ਸਭਾ ਆਪਣਾ ਸੌਰੀ ਲੋਕ ਸਭਾ ਹਲਕਾ ਪਟਿਆਲਾ ਇਹਦੇ ਵਿੱਚ ਐਮਪੀ ਕਾਲੀਆਂ ਦਾ ਹੀ ਬਣ ਚੁੱਕਿਆ ਜੀ ਤੇ ਲਗਭਗ 90% ਵਾਰ ਜੋ ਆ ਕਾਂਗਰਸ ਦਾ ਬਣਦਾ ਤੇ ਇਸ ਵਾਰ ਜੋ ਕਾਂਗਰਸ ਦੀ ਪਨੀਤ ਕੌਰ ਹੈ ਮਹਾਰਾਣੀ ਪਨੀਤ ਕੌਰ ਜੀ ਉਹ ਸਾਡੇ ਐਮਪੀ ਨੇ ਪਰ ਹਰ ਵਾਰ ਸਾਡੇ ਹਲਕੇ ਵੱਲੋਂ ਮੰਗ ਉੱਠਦੀ ਹੈ ਕਿ ਸਾਡੇ ਏਰੀਆ ਦੇ ਵਿੱਚ ਪਟਿਆਲੇ ਤੋਂ ਲੈ ਕੇ ਬਾਇਆ ਸਮਾਣਾ ਪਾਤਨਾ ਜਾਖਲ ਸਾਨੂੰ ਟ੍ਰੇਨ ਦੀ ਸਹੂਲਤ ਕਿਉਂ ਨਹੀਂ ਦਿੱਤੀ ਜਾਂਦੀ ਕਿਉਂ ਨਹੀਂ ਰੇਲਵੇ ਲਾਈਨ ਸਾਡੇ ਹਲਕੇ ਦੇ ਵਿੱਚ ਦੀ ਲੰਘਦੀ ਪਰ ਹਰ ਬਾਰ ਹਰ ਪਾਰਟੀ ਵਾਦਾ ਕਰਦੀ ਆ ਹਰ ਐਮਪੀ ਵਾਦਾ ਕਰਦਾ ਹਰ ਐਮਐਲਏ ਵਾਦਾ ਕਰਦਾ ਕਿ ਮੈਂ ਤੁਹਾਡੀ ਮੰਗ ਨੂੰ ਵਿਧਾਨ ਸਭਾ ਤੇ ਉਸ ਤੋਂ ਬਾਅਦ ਐਮਪੀ ਕਹਿੰਦਾ ਮੈਂ ਤੁਹਾਡੀ ਮੰਗ ਨੂੰ ਲੋਕ ਸਭਾ ਦੇ ਵਿੱਚ ਲੈ ਕੇ ਜਾਊਗਾ ਪਰ ਉਹਨਾਂ ਦੇ ਵਾਦੇ ਚੱਲਦੇ ਚੱਲਦੇ 5 ਸਾਲ ਜੂੰਦੇ ਤੋਂ ਗੁਜ਼ਰ ਜਾਂਦੇ ਨੇ ਪਰ ਸਾਡੀ ਜਿਹੜੀ ਹਲਕੇ ਦੀ ਮੰਗ ਹੈ ਰੇਲਵੇ ਦੀ ਉਹ ਸਾਡੀ ਪੂਰੀ ਨਹੀਂ ਹੋ ਪਾਰੀ ਕਿਉਂਕਿ ਬਹੁਤ ਸਾਰੇ ਆਪਾਂ ਏਰੀਆ ਚ ਦੇਖਦੇ ਆ ਬਹੁਤ ਸਾਰੇ ਜ਼ਿਲ੍ਹਿਆਂ 'ਚ ਦੇਖਦੇ ਹਾਂ ਕਿ ਜਿੱਥੇ ਰੇਲਵੇ ਲਾਈਨ ਹੈ ਨਿਊਜ਼ ਟਾਈਮ ਪੰਜਾਬ ਦੇ ਲਈ ਕੈਮਰਾਮੈਨ ਅਵਤਾਰ ਸਿੰਘ ਕੱਗਾ ਦੀ ਵਿਸ਼ੇਸ਼ ਰਿਪੋਰਟ